ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਸ਼ਾਇਦ ਤੁਹਾਨੂੰ ਕੱਲ੍ਹ ਦਾ ਪਤਾ ਹੋਊਗਾ, ਜਿਹੜਾ ਸਰਬਜੀਤ ਸਿੰਘ ਦਾ ਮੁਕਰਜ ਨਗਰ ਦਾ ਕੇਸ ਸੀਗਾ, ਉਸ ਦੇ ਅੰਦਰ ਸਾਡੀ ਸਾਰਿਆਂ ਦੀ ਬਹੁਤ ਵੱਡੀ ਜਿੱਤ ਹੋਈ। ਜਿਨ੍ਹਾਂ ਨੇ ਇਸ ਲੜਾਈ ਨੂੰ ਲੜਿਆ, ਕਿਸੇ ਨੇ ਜ਼ਮੀਨ 'ਤੇ ਲੜਿਆ, ਕਿਸੇ ਨੇ ਪੁਲਿਸ ਸਟੇਸ਼ਨ ਦੇ ਬਾਹਰ ਜਾ ਕੇ ਲੜਿਆ, ਕਿਸੇ ਨੇ ਸੋਸ਼ਲ ਮੀਡੀਆ 'ਤੇ ਲੜਿਆ, ਕਿਸੇ ਨੇ ਪ੍ਰਦਰਸ਼ਨ ਕਰਕੇ ਅਨੇਕਾਂ ਦੇਸ਼ ਦੇ ਕੋਨੇ ਕੋਨੇ ਤੋਂ ਔਰ ਦੁਨੀਆਂ ਦੇ ਕੋਨੇ ਕੋਨੇ ਤੋਂ ਲੋਕਾਂ ਨੇ ਇਸ ਲੜਾਈ ਨੂੰ ਲੜਿਆ। ਅੱਜ ਤੋਂ ਕੁਛ ਦਿਨ ਪਹਿਲਾਂ ਹਾਈਕੋਰਟ ਅੰਦਰ ਜਦੋਂ ਕੇਸ ਪਿਆ ਔਰ ਹਾਈਕੋਰਟ ਅੰਦਰ ਸਟੇਟਸ ਰਿਪੋਰਟ ਫਾਈਲ ਕੀਤੀ, ਬਹੁਤ ਸਾਰੇ ਲੋਕ ਉਸ ਦਿਨ ਵਧਾਈਆਂ ਦੇ ਰਹੇ ਸੀ। ਮੈਂ ਤੁਹਾਨੂੰ ਉਸ ਦਿਨ ਵੀ, ਅਗਰ ਯਾਦ ਹੋਵੇ, ਮੈਂ ਤੁਹਾਨੂੰ ਆਪਣੀ ਵੀਡੀਓ ਨੇ ਸੁਣਾਊਂਗਾ ਮੈਂ ਕੀ ਕਿਹਾ ਸੀ। ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ, ਇਹ ਜਿੱਤ ਨਹੀਂ, ਜਿੱਤ ਸਾਡੀ ਹੋਊਗੀ ਜਿੱਦਾਂ ਅਸੀਂ ਉਹਨੂੰ ਡਿਸਮਿਸ ਕਰਾਵਾਂਗੇ, ਸਜ਼ਾਵਾਂ ਕਰਾਵਾਂਗੇ। ਉਹਨਾਂ ਦੇ ਬਿਆਨ ਕਰਾਏ ਗਏ ਸਰਬਜੀਤ ਦੇ ਔਰ ਉਹਨਾਂ ਨੂੰ ਡਿਸਮਿਸ ਕਰਾਇਆ ਗਿਆ। ਅੱਜ ਜਦੋਂ ਇਹ ਤਿੰਨ ਪੁਲਿਸ ਵਾਲੇ ਡਿਸਮਿਸ ਹੋਏ ਨੇ, ਪੂਰੇ ਦੇਸ਼ ਅੰਦਰ, ਪੂਰੀ ਦੁਨੀਆ 'ਚ, ਖਾਸ ਤੌਰ 'ਤੇ ਇਸ ਦੇਸ਼ ਅੰਦਰ ਪੁਲਿਸ ਨੂੰ ਮੈਸੇਜ ਗਿਆ ਹੈ ਕਿ ਯੂ ਕੈਨੋਟ ਟੇਕ ਸਿੱਖਸ ਲਾਈਟਲੀ, ਤੁਸੀਂ ਉਹਨਾਂ ਨੂੰ ਟੇਕਨ ਫੋਰ ਗ੍ਰਾਂਟ ਨਹੀਂ ਲੈ ਸਕਦੇ, ਤੁਸੀਂ ਉਹਨਾਂ ਨੂੰ ਹਲਕੇ 'ਚ ਨਹੀਂ ਲੈ ਸਕਦੇ। ਉਹਨਾਂ ਦੇ ਧਾਰਮਿਕ ਜਿਹੜੇ ਸਿੰਬਲ ਨੇ ਉਹਨਾਂ ਦੇ ਰਿਲੀਜਨ ਦੇ, ਉਹਨਾਂ ਨੂੰ ਤੁਸੀਂ ਹਰਟ ਨਹੀਂ ਕਰ ਸਕਦੇ, ਉਹਨਾਂ ਦੀ ਭਾਵਨਾਵਾਂ ਨਾਲ ਤੁਸੀਂ ਖੇਡ ਨਹੀਂ ਸਕਦੇ। ਉਹਨਾਂ ਦੀ ਉਹ ਕਿੰਨੇ ਸੈਂਸਿਟਿਵਿਟੀ ਆ ਉਹਨਾਂ ਦੀ ਔਰ ਕਿੰਨੀ ਅਹਿਮੀਅਤ ਆ, ਅੱਜ ਇਹਨਾਂ ਦੇ ਨਾਲ ਇਹਨਾਂ ਦੀ ਡਿਸਮਿਸਲ ਦੇ ਨਾਲ ਅੱਜ ਪੂਰੇ ਦੇਸ਼ ਨੂੰ ਮੈਸੇਜ ਗਿਆ ਹੈ। ਮੈਂ ਅੱਜ ਫਿਰ ਕਹਿਣ ਲੱਗਾ, ਮੈਂ ਜਿਹੜੀ 16 ਤਰੀਕ ਨੂੰ ਗੱਲ ਕਹੀ ਸੀ, ਜਿਹੜੀ 3 ਜੁਲਾਈ ਨੂੰ ਮੈਂ ਗੱਲ ਕਹੀ ਸੀ, ਮੈਂ ਤੁਹਾਨੂੰ ਵੀਡੀਓ ਦਿਖਾਉਣਾ ਚਾਹੁੰਦਾ, ਸੁਣੋ ਜਰਾ। ਕਿਸੇ ਤੇ ਮੁਕਦਮਾ ਦਰਜ ਕਰਾਉਣਾ ਬਹੁਤ ਵੱਡੀ ਲੜਾਈ ਜਿੱਤੀ ਆਪਾਂ ਸਾਰੇ ਮਿਲ ਕੇ, ਪੁਲਿਸ ਤੇ 11 ਸਾਲਾਂ 'ਚ ਮੁਕਦਮਾ ਦਰਜ ਨਹੀਂ ਹੋਇਆ, ਬਹੁਤ ਵੱਡੀ ਜਿੱਤ ਆ, ਉਹ ਇੱਕ ਜਿੱਤ ਆ। ਇਹਨਾਂ ਪੁਲਿਸ ਵਾਲਿਆਂ ਦੇ ਖਿਲਾਫ਼ ਜਿਹੜੀ ਇਨਕੁਆਇਰੀ ਸ਼ੁਰੂ ਹੋਈ ਆ, ਉਹਦੇ ਅੰਦਰ ਜਾ ਕੇ ਬਿਆਨ ਹੋਣ ਪ੍ਰੋਪਰ। ਦਿੱਲੀ ਸਿੰਘ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸਾਡੇ ਲੀਗਲ ਸੈੱਲ, ਸਾਡੇ ਲੀਗਲ ਵਕੀਲ ਸਾਰਾ ਇਹਨੂੰ ਫੋਲੋ ਅਪ ਕਰ ਰਹੇ ਨੇ, ਔਰ ਸਾਡਾ ਮਕਸਦ ਇਹ ਹੈ ਕਿ ਇਹਨਾਂ ਦੇ ਖਿਲਾਫ਼ ਡਿਸਮਿਸਲ ਆਰਡਰ ਲੈ ਕੇ ਆਈਏ, ਨੌਕਰੀ ਦਾ ਡਿਸਮਿਸਲ ਆਰਡਰ ਨੌਕਰੀ ਦਾ ਲੈ ਕੇ ਆਈਏ, ਤਾਂ ਕਿ ਇੱਕ ਆਪਾਂ ਦੇਸ਼ ਨੂੰ ਸੰਦੇਸ਼ ਦੇ ਸਕੀਏ ਕਿ ਇਹ ਨਹੀਂ ਹੈਗਾ ਕਿ ਤੁਸੀਂ ਕਿਸੇ ਉੱਤੇ ਜਾਤੀ ਕਰੋਗੇ ਔਰ ਲੋਕ ਚੁੱਪ ਰਹਿਣਗੇ। ਸੋ ਮੈਂ ਉਸ ਦਿਨ ਵੀ ਇਹੀ ਗੱਲ ਬਾਰ ਬਾਰ ਕਹਿ ਰਿਹਾ ਸੀਗਾ ਕਿ ਡਿਸਮਿਸਲ ਆਰਡਰ ਲੈ ਕੇ ਆਈਏ, ਕੱਲ੍ਹ ਆਪਾਂ ਡਿਸਮਿਸਲ ਆਰਡਰ ਲੈ ਕੇ ਆਏ ਹਾਂ, ਕਿਉਂਕਿ ਇਹ ਇੱਕ ਮੈਸੇਜ ਦੇਣਾ ਬੜਾ ਜ਼ਰੂਰੀ ਸੀਗਾ। ਮੁਕਰਜੀ ਨਗਰ ਦੀ ਲੜਾਈ ਲੜਨ ਅੰਦਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ, ਬਹੁਤ ਸਾਰੀਆਂ ਸੰਸਥਾਵਾਂ ਦਾ, ਇੰਡੀਪੈਂਡੈਂਟ ਲੋਕਾਂ ਦਾ, ਆਪ ਮਾਰੇ ਲੋਕ ਉੱਥੇ ਚੱਲ ਕੇ ਪਹੁੰਚੇ, ਕਿਉਂਕਿ ਇਹ ਇੱਕ ਲੜਾਈ ਇਨਸਾਫ ਦੀ ਲੜਾਈ ਸੀ, ਇਹ ਲੜਾਈ ਸਾਡੇ ਧਰਮ ਉੱਤੇ ਹੋਏ ਹਮਲੇ ਦੀ ਲੜਾਈ ਸੀ, ਇਹ ਲੜਾਈ ਮਾਨਵਤਾ 'ਤੇ ਹੋਏ ਹਮਲੇ ਦੀ ਲੜਾਈ ਸੀ, ਇਹ ਸਾਡੇ ਰਾਈਟਸ ਦੀ ਲੜਾਈ ਸੀਗੀ। ਔਰ ਇਸ ਦੇ ਅੰਦਰ ਜਿਨ੍ਹਾਂ ਜਿਨ੍ਹਾਂ ਨੇ ਸਹਿਯੋਗ ਦਿੱਤਾ, ਮੈਂ ਉਹਨਾਂ ਦਾ ਸਾਰਿਆਂ ਦਾ ਦਿਲ ਦੀਆਂ ਗਰਾਈਆਂ 'ਚੋਂ ਸ਼ੁਕਰਗੁਜ਼ਾਰ ਹਾਂ, ਸ਼ੁਕਰਾਨਾ ਕਰਦਾ, ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹਾਂ। ਅੱਜ ਮੈਂ ਫਿਰ ਕਹਿਣ ਲੱਗਾ, ਇਹ ਲੜਾਈ ਅਜੇ ਅੱਧੀ ਜਿੱਤੀ ਆ, ਲੜਾਈ ਪੂਰੀ ਨਹੀਂ ਜਿੱਤੀ, ਲੜਾਈ ਅਜੇ ਅੱਧੀ ਜਿੱਤੀ ਆ। ਅਜੇ ਸਿਰਫ ਨੌਕਰੀਆਂ ਤੋਂ ਡਿਸਮਿਸ ਕਰਾਇਆ ਹੈ, ਅਜੇ ਇਹਨਾਂ ਨੂੰ ਜੇਲ੍ਹ 'ਚ ਪਹੁੰਚਾਉਣਾ ਹੈ, ਸੁਲਾਖਾਂ ਦੇ ਪਿੱਛੇ, ਕਿਉਂਕਿ ਗੁਨਾਹ ਗੁਨਾਹ ਹੈ, ਚਾਹੇ ਵਰਦੀ ਅੰਦਰ ਕੀਤਾ ਜਾਵੇ ਜਾਂ ਬਿਨਾਂ ਵਰਦੀ ਦੇ ਕੀਤਾ ਜਾਵੇ, ਔਰ ਗੁਨਾਹ ਦੀ ਸਜ਼ਾ ਮਿਲਣੀ ਜ਼ਰੂਰੀ ਆ। ਜਦੋਂ ਤੱਕ ਗੁਨਾਹਗਾਰਾਂ ਨੂੰ ਆਪਾਂ ਸਜ਼ਾ ਨਹੀਂ ਦਵਾਵਾਂਗੇ, ਇਹਨਾਂ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਊਗੀ ਕਿ ਸਿੱਖ ਕੀ ਆ, ਸਿੱਖ ਦੀ ਦਸਤਾਰ ਦੀ ਕੀ ਅਹਿਮੀਅਤ ਆ, ਉਹਦੇ ਕੇਸਾਂ ਦੀ ਕੀ ਅਹਿਮੀਅਤ ਆ। ਅੱਜ ਤੁਸੀਂ ਸੋਚ ਸਕਦੇ ਜੇ ਪੂਰੇ ਦੇਸ਼ ਦੇ ਅੰਦਰ ਇਹਦਾ ਮੈਸੇਜ ਗਿਆ ਹੈ, ਅੱਜ ਵਰਦੀ 'ਚ ਹਰ ਪੁਲਿਸ ਵਾਲਾ ਇਹ ਸੋਚੇਗਾ, ਜਦੋਂ ਸਰਦਾਰ ਨੂੰ ਸਾਹਮਣੇ ਦੇਖੇਗਾ, ਇਹਦੇ ਨਾਲ ਪੰਗਾ ਨਾ ਲੈ ਪੈਵੀ, ਬੜਾ ਮਹਿੰਗਾ ਪਊਗਾ, ਨੌਕਰੀ ਤੋਂ ਵੀ ਜਾਵੇਗਾ। ਇਹ ਇਤਿਹਾਸ ਦੇ ਅੰਦਰ ਲਿਖਣ ਵਾਲੀ ਗੱਲ ਹੋਊਗੀ ਕਿ ਜਦੋਂ ਕਿਸੇ ਨੇ
ਇੰਨੀ ਜ਼ੁਰਤ ਕੀਤੀ ਸਰਬਜੀਤ ਸਿੰਘ ਦੀ ਦਸਤਾਰ ਤੇ ਹੱਥ ਪਾਉਣ ਦੀ ਉਹਦੇ ਕੇਸਾਂ ਤੇ, ਉਹਨੂੰ ਨੌਕਰੀ ਤੋਂ ਜਾਣ ਹੱਥ ਗਵਾਉਣਾ ਪਿਆ। ਇੱਕ ਬਹੁਤ ਵੱਡਾ ਮੈਸੇਜ ਦਿੱਤਾ, ਸੋ ਮੈਂ ਤੁਹਾਡਾ ਸਾਰਿਆਂ ਧੰਨਵਾਦ ਕਰਦਾ, ਉਮੀਦ ਕਰਦਾ ਹੈ ਆਪਾਂ ਇਸੇ ਤਰ੍ਹਾਂ ਮਿਲ ਕੇ ਇਹਨਾਂ ਲੜਾਈਆਂ ਨੂੰ ਲੜਦੇ ਰਹਾਂਗੇ, ਪੰਥ ਦੀ ਚੜ੍ਹਦੀ ਕਲਾ ਵਾਸਤੇ, ਕੌਮ ਦੀ ਚੜ੍ਹਦੀ ਕਲਾ ਵਾਸਤੇ, ਦੇਸ਼ ਦੀ ਚੜ੍ਹਦੀ ਕਲਾ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।